ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ। ਮੁੱਖ ਚੋਣ ਕਮਿਸ਼ਨਰ ਪੰਜਾਬ ਡਾਕਟਰ ਐਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਿਡੀ ਨੁਮਾਇੰਦੇ ਮੈਨੂੰ ਮਿਲਿਆ ਸੀ, ਉਹਨਾਂ ਦਾ ਮੇਨ ਗ੍ਰੀਵੈਂਸ ਇਹ ਹੈ ਉੱਥੇ ਅਨਵਾਂਟਡ ਵਹੀਕਲਰ ਮੂਵਮੈਂਟ, ਕੁਛ ਦਾਰੂ ਕਾ ਸ਼ਿਕਾਇਤ ਸੀ, ਔਰ ਨਾਲ ਹੀ ਨਾਲ ਉਹਨਾਂ ਦਾ ਸਿਕਿਉਰਿਟੀ ਕੇ ਲੈਕਰ ਮੈਨੂੰ ਕੁਛ ਸਵੈਨ ਸ਼ਿਕਾਇਤ ਕੀਤਾ। ਸਿਕਿਉਰਿਟੀ ਦਾ ਮਤਲਬ ਇਹ ਹੈ ਉਹਨਾਂ ਨੂੰ ਸਵੈਨ ਹਰ ਬੂਥ 'ਤੇ ਕੁਛ ਸਿਕਿਉਰਿਟੀ ਦਾ ਉਹਨਾਂ ਦਾ ਰਿਕੁਆਇਰਮੈਂਟ ਸੀ, ਉਹਨਾਂ ਦਾ ਕਹਿਣਾ ਹੈ। ਕਿਉਂਕਿ ਸਾਡੇ ਤਰਫ ਸੇ ਡੀ ਸੀ ਵੱਲੋਂ ਇਲੈਕਸ਼ਨ ਅਬਜ਼ਰਵਰ ਉੱਥੇ ਜੋ ਲੱਗਿਆ ਹੋਇਆ ਹੈ ਇਲੈਕਸ਼ਨ ਕਮਿਸ਼ਨ ਕੀ ਤਰਫ ਸੇ, ਉਹਨਾਂ ਵੱਲੋਂ ਇੱਕ ਬਹੁਤ ਵਧੀਆ ਸਪਸ਼ਟ ਖਾਕਾ ਬਣਾਏ ਗਏ ਹੈ, ਪਲੈਨ, ਇੰਟਾਇਰ ਪਲੈਨ ਹਰੇਕ ਬੂਥ ਦੇ ਵਿੱਚ ਕਿਹੜੇ ਵੀ ਜਿਹੜੇ ਵੀ ਅਸੀਂ ਸਿਕਿਉਰਿਟੀ ਅਰੇਂਜਮੈਂਟ ਇੰਤਜ਼ਾਮ ਕਰਨਾ ਸੀ ਉਹ ਸਾਰੀਆਂ ਬਹੁਤ ਬਲੂ ਪ੍ਰਿੰਟ ਤਿਆਰ ਹੋ ਗਿਆ ਹੈ। ਸਾਡੇ ਕੋਲ ਟੋਟਲ 236 ਬੂਥਸ ਨੇ ਔਰ 180 ਦੀ ਆਸ ਪਾਸ ਸਾਡਾ ਲੋਕੇਸ਼ਨਸ ਨੇ। ਸਾਡਾ ਕੋਸ਼ਿਸ਼ ਇਹ ਰਹੇਗਾ ਇਲੈਕਸ਼ਨ ਕਮਿਸ਼ਨ ਦੇ ਨਿਯਮ ਦੇ ਮੁਤਾਬਿਕ ਹਰੇਕ ਥਾਂ 'ਤੇ ਘੱਟੋ ਘੱਟ ਇੱਕ ਤਰੀਕਾ ਇੰਤਜ਼ਾਮ ਹੈ। ਇੱਕ ਹੈ ਪੈਰਾਮਿਲਟਰੀ ਫੋਰਸਿਸ, ਅਸੀਂ ਨਾਰਮਲੀ ਲਗਾਉਂਦੇ ਹੈ ਹਾਫ ਸੈਕਸ਼ਨ, ਪੈਰਾਮਿਲਟਰੀ ਫੋਰਸਿਸ ਜੋ ਗੰਨ ਗੁੰਨ ਵਾਲੇ ਉਹ ਰਹਿੰਦਾ ਹੈ ਉਹ ਰਹੇਗਾ, ਜਾਂ ਹਮਾਰੇ ਲਾਈਵ ਟੀ ਵੀ ਕਵਰੇਜ ਰਹੇਗਾ ਉਹ ਵੈਬਕਾਸਟਿੰਗ। ਸਾਨੂੰ ਪਤਾ ਹੈ ਅਸੀਂ ਵੈਬਕਾਸਟਿੰਗ ਪਲੈਨ ਕਰੀ ਜਾ ਰਹੇ, 103 ਬੂਥਾਂ ਦੇ ਵਿੱਚ ਵੈਬਕਾਸਟਿੰਗ ਦੇ ਇੰਤਜ਼ਾਮ ਕਰਨੇ ਜਾ ਰਹੇ ਹਾਂ। ਔਰ ਇਸ ਤੋਂ ਇਲਾਵਾ ਇੱਕ ਸੈਂਸਿਟੀਵਿਟੀ ਨੂੰ ਮੁੱਖ ਰੱਖਦੇ ਹੋਏ 60 ਤੋਂ ਉੱਤੇ ਸੈਂਟਰਲ ਗੌਰਮੈਂਟ ਕਰਮਚਾਰੀ ਨੂੰ ਅਸੀਂ ਇਲੈਕਸ਼ਨ ਕਮਿਸ਼ਨ ਕੀ ਤਰਫੋਂ ਮਾਈਕਰੋ ਅਬਜ਼ਰਵਰ ਡਿਜ਼ਿਗਨੇਸ਼ਨ ਦੇ ਕੇ ਉੱਥੇ ਅਸੀਂ ਡਿਪਲੋਏ ਕਰਨ ਜਾ ਰਹੇ ਹਾਂ। ਇਸ ਦਾ ਮਤਲਬ ਇਹ ਹੋਇਆ ਹੈ ਹਰੇਕ ਬੂਥ 'ਤੇ ਸਾਡਾ ਇਲੈਕਸ਼ਨ ਕਮਿਸ਼ਨ ਦੀ ਸਿੱਧਾ ਇੱਕ ਬੰਦਾ ਰਹੇਗਾ, ਜਾਂ ਇਹ ਸੈਂਟਰਲ ਗੌਰਮੈਂਟ ਕੇ ਇੰਪਲਾਈ ਹੈ ਉਹਨਾਂ ਦਾ ਨਾਂ ਅਸੀਂ ਰੱਖਦੇ ਹਾਂ ਮਾਈਕਰੋ ਅਬਜ਼ਰਵਰ, ਉਹ ਗਜ਼ਟਡ ਆਫਿਸਰ ਹੁੰਦਾ ਹੈ, ਆਪਣਾ ਬੈਂਕ ਤਰਫ ਹੈ, PSUs ਹੈ, ਬਹੁਤ ਵੱਡੇ ਅਫਸਰ ਨੇ। ਔਰ ਹਮਾਰਾ ਸੈਂਟਰਲ ਪੈਰਾਮਿਲਟਰੀ ਫੋਰਸਿਸ, ਸਾਡੇ ਕੋਲ 6 ਕੰਪਨੀ ਆ ਗਿਆ ਹੈ BSF ਦੀ। ਔਰ ਤੀਜਾ ਹੈ ਸਿੱਧਾ ਆਂਕ ਹੈ ਉਹ ਆਪਣਾ ਵੈਬਕਾਸਟਿੰਗ। ਇਹ ਤਿੰਨੋਂ ਅਸੀਂ ਇੰਤਜ਼ਾਮ ਕਰਕੇ ਰੱਖੇ, ਪਲੈਨ ਕਰ ਲਿਆ ਹੈ, ਪੂਰਾ ਹਮ ਲਗਾਈ ਦੇਂਗੇ। ਔਰ ਇਸ ਵਿਸ਼ਾ 'ਤੇ ਮੈਂ ਅਬਜ਼ਰਵਰ ਅਤੇ DC ਦੇ ਨਾਲ RO ਸਾਡਾ ਸ਼ਾਹਕੋਟ ਦੀ RO ਨਾਲ ਲਗਾਤਾਰ ਮੈਂ ਸੰਪਰਕ ਦੇ ਵਿੱਚ ਹੈ। ਹਾਲੇ ਤੱਕ ਉਹਨਾਂ ਵੱਲੋਂ ਬਹੁਤ ਹੀ ਸੰਤੁਸ਼ਟੀਜਨਕ ਮੈਨੂੰ ਰਿਸਪੋਂਸ ਮਿਲਿਆ ਹੋਇਆ ਹੈ।